ਸਾਬਕਾ ਵਿਧਾਇਕ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਤਾਂ ਦੱਸ ਦਈਏ ਕਿ ਵੱਡੀ ਖਬਰ ਆ ਰਹੀ ਹੈ ਜਿੱਥੇ ਇੱਕ ਸਾਬਕਾ ਵਿਧਾਇਕ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਹੈ ਤਾਂ 15 ਦਿਨ ਪਹਿਲਾਂ ਹੀ ਹਲੇ ਉਹਨਾਂ ਨੂੰ ਧਮਕੀ ਮਿਲੀ ਸੀ ਜਿਸ ਤੋਂ ਬਾਅਦ ਇਸ ਵਿਧਾਇਕ ਦੀ ਸੁਰੱਖਿਆ ਦੇ ਵਿੱਚ ਵੀ ਵਾਅਦਾ ਕੀਤਾ ਗਿਆ ਸੀ ਤਾਂ 3 ਕਾਤਲਾਂ ਦੇ ਵੱਲੋਂ ਛਾਤੀ ਦੇ ਵਿੱਚ ਗੋਲੀ ਮਾਰੀ ਗਈ ਜਿਸ ਤੋਂ ਬਾਅਦ ਇਹ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤਾਂ ਦੱਸ ਦਈਏ ਕਿ ਵਿਧਾਇਕ ਐਨਸੀਪੀ ਦੇ ਲੀਡਰ ਨੇ ਬਾਬਾ ਸਿੱਦਕੀ ਜਿਨ੍ਹਾਂ ਦਾ 3 ਸ਼ੂਟਰਾਂ ਦੇ ਵੱਲੋਂ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਤਾਂ ਬੇਟੇ ਜਿਸ਼ਾਨ ਦੇ ਦਫ਼ਤਰ ਦੇ ਬਾਹਰ ਇਹ ਫਾਇਰਿੰਗ ਹੋਈ ਹੈ ਤਾਂ ਬਾਬਾ ਸਿੱਦਕੀ ਦੇ ਗੋਲੀਆਂ ਵੱਜੀਆਂ ਨੇ ਜਿਸ ਤੋਂ ਬਾਅਦ ਕਤਲ ਦੀ ਜਾਂਚ ਕ੍ਰਾਈਮ ਬ੍ਰਾਂਚ ਨੂੰ ਸੌਂਪ ਦਿੱਤੀ ਗਈ ਹੈ ਤਾਂ ਕਤਲ ਦੇ ਕੇਸ ਦੇ ਵਿੱਚ ਦੱਸ ਦਈਏ ਕਿ ਹਾਲੇ ਤੱਕ 2 ਸ਼ੂਟਰਾਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਜਿਸ ਦੇ ਵਿੱਚੋਂ ਇੱਕ ਹਰਿਆਣੇ ਦਾ ਜਦਕਿ ਦੂਸਰਾ ਯੂਪੀ ਦਾ ਤੇ ਤੀਸਰੇ ਦੀ ਭਾਲ ਹਾਲੇ ਕੀਤੀ ਜਾ ਰਹੀ ਹੈ ਤਾਂ ਦੱਸ ਦਈਏ ਕਿ 15 ਦਿਨ ਪਹਿਲਾਂ ਹੀ ਹਾਲੇ ਇਹਨਾਂ ਨੂੰ ਧਮਕੀ ਮਿਲੀ ਸੀ ਜਿਸ ਤੋਂ ਬਾਅਦ ਇਹਨਾਂ ਦੀ ਸੁਰੱਖਿਆ ਵਧਾਈ ਗਈ ਸੀ ਤਾਂ ਦੱਸ ਦਈਏ ਕਿ ਬਾਬਾ ਸਿੱਦਕੀ 3 ਵਾਰ ਦੇ ਵਿਧਾਇਕ ਨੇ 1999 2004 ਤੇ 2009 ਦੇ ਵਿੱਚ ਇਹ ਵਿਧਾਇਕ ਰਹੇ ਨੇ ਤਾਂ ਸਿਆਸਤਦਾਨਾਂ ਦੇ ਨਾਲ ਨਾਲ ਬਾਲੀਵੁੱਡ ਦੇ ਵੀ ਕਈ ਚਿਹਰਿਆਂ ਦੇ ਨਾਲ ਚੰਗੇ ਸੰਬੰਧ ਸੀ ਤਾਂ ਦੱਸ ਦਈਏ ਕਿ ਸਲਮਾਨ ਖਾਨ ਦੇ ਨਾਲ ਇਹਨਾਂ ਦੇ ਚੰਗੇ ਸੰਬੰਧ ਸੀ ਤਾਂ ਜਿਵੇਂ ਹੀ ਉਹਨਾਂ ਨੂੰ ਇਹ ਜਾਣਕਾਰੀ ਮਿਲੀ ਤਾਂ ਰਾਤ ਦੇ ਵਿੱਚ ਸਲਮਾਨ ਖਾਨ ਆਪਣੀ ਸ਼ੂਟਿੰਗ ਕੈਂਸਲ ਕਰਦੇ ਨੇ ਤੇ ਤੁਰੰਤ ਹਸਪਤਾਲ ਪਹੁੰਚਦੇ ਨੇ ਤਾਂ ਵੱਡੀ ਖਬਰ ਆ ਰਹੀ ਹੈ ਜਿੱਥੇ ਐਨਸੀਪੀ ਦੇ ਲੀਡਰ ਨੇ ਸਿੱਦਕੀ ਜਿਨ੍ਹਾਂ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸਾਬਕਾ ਵਿਧਾਇਕ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤਾਂ ਦੱਸ ਦਈਏ ਕਿ ਵੱਡੀ ਖਬਰ ਆ ਰਹੀ ਹੈ ਜਿੱਥੇ ਇੱਕ ਸਾਬਕਾ ਵਿਧਾਇਕ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਤਾਂ 15 ਦਿਨ ਪਹਿਲਾਂ ਹੀ ਹਲੇ ਉਹਨਾਂ ਨੂੰ ਧਮਕੀ ਮਿਲੀ ਸੀ ਜਿਸ ਤੋਂ ਬਾਅਦ ਇਸ ਵਿਧਾਇਕ ਦੀ ਸੁਰੱਖਿਆ ਦੇ ਵਿੱਚ ਵੀ ਵਾਅਦਾ ਕੀਤਾ ਗਿਆ ਸੀ ਤਾਂ 3 ਕਾਤਲਾਂ ਦੇ ਵੱਲੋਂ ਛਾਤੀ ਦੇ ਵਿੱਚ ਗੋਲੀ ਮਾਰੀ ਗਈ ਜਿਸ ਤੋਂ ਬਾਅਦ ਇਹ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤਾਂ ਦੱਸ ਦਈਏ ਕਿ ਵਿਧਾਇਕ ਐਨਸੀਪੀ ਦੇ ਲੀਡਰ ਨੇ ਬਾਬਾ ਸਿੱਦਕੀ ਜਿਨ੍ਹਾਂ ਦਾ 3 ਸ਼ੂਟਰਾਂ ਦੇ ਵੱਲੋਂ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਤਾਂ ਬੇਟੇ ਜਿਸ਼ਾਨ ਦੇ ਦਫ਼ਤਰ ਦੇ ਬਾਹਰ ਇਹ ਫਾਇਰਿੰਗ ਹੋਈ ਹੈ ਤਾਂ ਬਾਬਾ ਸਿੱਦਕੀ ਦੇ ਗੋਲੀਆਂ ਵੱਜੀਆਂ ਨੇ ਜਿਸ ਤੋਂ ਬਾਅਦ ਕਤਲ ਦੀ ਜਾਂਚ ਕ੍ਰਾਈਮ ਬ੍ਰਾਂਚ ਨੂੰ ਸੌਂਪ ਦਿੱਤੀ ਗਈ ਹੈ ਤਾਂ ਕਤਲ ਦੇ ਕੇਸ ਦੇ ਵਿੱਚ ਦੱਸ ਦਈਏ ਕਿ ਹਾਲੇ ਤੱਕ 2 ਸ਼ੂਟਰਾਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਜਿਸ ਦੇ ਵਿੱਚੋਂ ਇੱਕ ਹਰਿਆਣੇ ਦਾ ਜਦਕਿ ਦੂਸਰਾ ਯੂਪੀ ਦਾ ਤੇ ਤੀਸਰੇ ਦੀ ਭਾਲ ਹਾਲੇ ਕੀਤੀ ਜਾ ਰਹੀ ਹੈ ਤਾਂ ਦੱਸ ਦਈਏ ਕਿ 15 ਦਿਨ ਪਹਿਲਾਂ ਹੀ ਹਾਲੇ ਇਹਨਾਂ ਨੂੰ ਧਮਕੀ ਮਿਲੀ ਸੀ ਜਿਸ ਤੋਂ ਬਾਅਦ ਇਹਨਾਂ ਦੀ ਸੁਰੱਖਿਆ ਵਧਾਈ ਗਈ ਸੀ ਤਾਂ ਦੱਸ ਦਈਏ ਕਿ ਬਾਬਾ ਸਿੱਦਕੀ 3 ਵਾਰ ਦੇ ਵਿਧਾਇਕ ਨੇ 1999 2004 ਤੇ 2009 ਦੇ ਵਿੱਚ ਇਹ ਵਿਧਾਇਕ ਰਹੇ ਨੇ ਤਾਂ ਸਿਆਸਤਦਾਨਾਂ ਦੇ ਨਾਲ ਨਾਲ ਬਾਲੀਵੁੱਡ ਦੇ ਵੀ ਕਈ ਚਿਹਰਿਆਂ ਦੇ ਨਾਲ ਚੰਗੇ ਸੰਬੰਧ ਸੀ ਤਾਂ ਦੱਸ ਦਈਏ ਕਿ ਸਲਮਾਨ ਖਾਨ ਦੇ ਨਾਲ ਇਹਨਾਂ ਦੇ ਚੰਗੇ ਸੰਬੰਧ ਸੀ ਤਾਂ ਜਿਵੇਂ ਹੀ ਉਹਨਾਂ ਨੂੰ ਇਹ ਜਾਣਕਾਰੀ ਮਿਲੀ ਤਾਂ ਰਾਤ ਦੇ ਵਿੱਚ ਸਲਮਾਨ ਖਾਨ ਆਪਣੀ ਸ਼ੂਟਿੰਗ ਕੈਂਸਲ ਕਰਦੇ ਨੇ ਤੇ ਤੁਰੰਤ ਹਸਪਤਾਲ ਪਹੁੰਚਦੇ ਨੇ ਤਾਂ ਵੱਡੀ ਖਬਰ ਆ ਰਹੀ ਹੈ ਜਿੱਥੇ ਐਨਸੀਪੀ ਦੇ ਲੀਡਰ ਨੇ ਸਿੱਦਕੀ ਜਿਨ੍ਹਾਂ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ